ਉਂਝ ਦੁਨੀਆਂ ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ ਕੁਝ ਕੁ ਐਸੀਆਂ ਰਾਵਾਂ ਨੇ ਚੀਸਾਂ ਲੈ ਅਸੀਸਾਂ ਦੇਂਦੀ ਜ਼ਖਮਾਂ ਬਦਲੇ ਕਸਮਾਂ ਵੀ ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ ਕੁਝ ਨਹੀਂ ਮੰਗਿਆ ਮਾਵਾਂ ਨੇ ਬੈਠ ਦੁਆਵਾਂ ਕਰਦੀ ਅੰਮੀ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ ਵਿਹੜੇ ਵਿੱਚ ਬੈਠੀ ਦਾ ਜੀ ਜਿਆ ਡੋਲੇ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ ਸੁਖ ਸਬਰ ਸ਼ਾਂਤੀ ਤਾਏ ਕਿਉਂਕਿ ਸਭਨਾ ਕੋਲ ਮੁੱਲੀ ਮਾਏ ਦੁਨੀਆਂ ਤੇ ਸੁਖ ਸਬਰ ਸ਼ਾਂਤੀ ਤਾਏ ਕਿਉਂਕਿ ਸਭਨਾ ਕੋਲ ਮੁੱਲੀ ਮਾਏ ਤਾਪ ਚੜੇ ਸਿਰ ਪੱਟੀਆਂ ਧਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਜਦੋਂ ਤੁਹਾਡੇ ਗੋਡੇ 'ਚ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਤਾਂ ਤੁਸੀਂ ਥੋੜ੍ਹਾ ਜਿਹਾ ਗੋਡ ਲਓ ਗੋਡ ਦੇ ਵਿੱਚ ਉਹਨੂੰ ਕੁੱਟ ਲਓ ਕੁੱਟ ਕੇ ਉਹਦੇ ਵਿੱਚ ਹਲਦੀ ਪਾ ਲਓ ਹਲਦੀ ਪਾ ਕੇ ਅਤੇ ਉਹਨੂੰ ਗਰਮ ਨਹੀਂ ਕਰਨਾ ਅਤੇ ਉਹਨੂੰ ਠੰਡੇ ਨਾਲ ਹੀ ਨਾ ਬਣਾ ਕੇ ਨਾ ਗੋਡੇ 'ਤੇ ਬੰਨ੍ਹ ਅਤੇ ਹੋ ਸਕਦਾ ਜੇ ਤੁਹਾਨੂੰ ਫਟਕੜੀ ਮਿਲਦੀ ਹੈ ਤਾਂ ਥੋੜ੍ਹੀ ਜਿਹੀ ਫਟਕੜੀ ਜ਼ਿਆਦਾ ਨਹੀਂ ਨੁਕਸਾਨ ਕਰਦੀ ਜ਼ਿਆਦਾ ਪਾਓ ਉਹ ਗੁੜ ਬਣ ਚੱਲਣ ਫਿਰਨ ਦੇਗਾ ਬੰਦੇ ਨੂੰ ਇਸ ਨਾਲ ਕਰਦੀ ਢਿੱਡੋਂ ਜੰਮਿਆ ਪਹਿਲਾਂ ਹੀ ਨਾ ਤੁਰ ਜਾਏ ਰੱਬ ਨਾ ਕਰੇ ਕੈਸੀ ਵਿਪਤਾ ਢਿੱਡੋਂ ਜੰਮਿਆ ਪਹਿਲਾਂ ਹੀ ਨਾ ਤੁਰ ਜਾਏ ਇਹ ਗੱਲ ਸੁਣਦੇ ਸਾਰ ਹੀ ਮਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ ਓ ਮਾਗ ਵੀ ਜਰਨ ਕਰੜੀਆਂ ਮਾਵਾਂ ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ ਓ ਮਾਗ ਵੀ ਜਰਨ ਕਰੜੀਆਂ ਸਾਨੂੰ ਦਿੰਦੀ ਨਿੱਘ ਤੇ ਠਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ ਬੋਲੋ ਜੇ ਕਿਸੇ ਦੇ ਸੱਟ ਲੱਗੀ ਹੋਵੇ ਨਾ ਮਾਸ ਫਟਿਆ ਹੋਵੇ ਪ੍ਰਸਤਿਰ ਨਾ ਹੋਵੇ ਪ੍ਰਸਤਿਰ ਨਾ ਹੋਵੇ ਮਾਸ ਫਟਿਆ ਹੋਵੇ ਉਹਦਾ ਇਲਾਜ ਹੈ ਤਾਂ ਤੁਸੀਂ ਤਵੇ 'ਤੇ ਥੋੜ੍ਹਾ ਜਿਹਾ ਤੇਲ ਪਾਓ ਨਾਰੀਅਲ ਦਾ ਪਾ ਲਓ ਅਤੇ ਨਿੰਬੂ ਨੂੰ ਕੱਟੋ ਨਿੰਬੂ ਨੂੰ ਕੱਟ ਕੇ ਅਤੇ ਉਹਦੇ ਨਾਲ ਥੋੜ੍ਹੀ ਥੋੜ੍ਹੀ ਟਕੋਰ ਕਰਦੇ ਕਰਕੇ
ਉਸ ਤੋਂ ਬਾਅਦ ਉਹਨਾਂ ਆਟਾ ਲਵੋ, ਉਹਨਾਂ ਹੀ ਨਮਕ ਲਵੋ। ਉਹਦੀ ਰੋਟੀ ਇੱਕ ਸਾਈਡ ਵਿੱਚ ਸੇਕਣੀ ਹੈ, ਦੂਸਰੀ ਸਾਈਡ ਨਹੀਂ। ਉਹ ਤੇਲ ਲਾ ਕੇ ਰੋਟੀ ਬਣ ਦਿਓ। ਖਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ, ਡਰਦੀ ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ, ਪਰ ਮਾਵਾਂ ਦੇ ਬਾਜੋਂ ਕਰੀ ਹਨੇਰੇ। ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ, ਪਰ ਮਾਵਾਂ ਦੇ ਬਾਜੋਂ ਕਰੀ ਹਨੇਰੇ। ਰੌਣਕ ਹੈ ਸਰਤਾਜ ਦੇ ਘਰ ਦੀ ਅੰਮੀ, ਸਾਨੂੰ ਨਾ ਕੁਝ ਹੋ ਜਾਏ, ਡਰਦੀ ਅੰਮੀ। ਦੂਰੋਂ ਬੈਠ ਦੁਆਵਾਂ ਕਰਦੀ ਅੰਮੀ, ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ। ਵਿਹੜੇ ਵਿੱਚ ਬੈਠੀ ਦਾ ਜੀ ਜਿਆ ਡੋਲੇ, ਸਾਨੂੰ ਨਾ ਕੁਝ ਹੋ ਜਾਏ, ਡਰਦੀ